ਭਿੱਖੀ ਵਿੰਡ ਸਬ ਤਹਿਸੀਲ ਨੂੰ ਰੈਫਰ ਕਰਕੇ ਪਿੰਡ ਡਿੱਬੀਪੁਰਾ ਵਿਖੇ ਲੈ ਜਾਣ ਤੋਂ ਬਾਅਦ ਭੜਕੇ ਕਸਬਾ ਪਿੰਡ ਭਿੱਖੀ ਵਿੰਡ ਦੇ ਇਲਾਕੇ ਦੇ ਲੋਕਾਂ ਨੇ ਰੋਸ ਵਜੋਂ ਹੁਣ ਦੁਕਾਨਾਂ ਬੰਦ ਕਰਕੇ ਭਿੱਖੀ ਵਿੰਡ ਚੌਂਕ ਵਿੱਚ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਦੇ ਮੁਤਾਬਕ ਇਲਾਕੇ ਲੋਕਾਂ ਦੀ ਕਈ ਚਿਰ ਤੋਂ ਮੰਗ ਤੋਂ ਬਾਅਦ ਇੱਥੇ ਸਬ ਤਹਿਸੀਲ ਭਿੱਖੀ ਵਿੰਡ ਬਣਾਈ ਗਈ ਸੀ ਅਤੇ ਇੱਥੇ SDM ਦਫ਼ਤਰ ਵੀ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਮੌਕੇ ਦੀਆਂ ਸਰਕਾਰਾਂ ਨੇ SDM ਦਫ਼ਤਰ ਦੀ ਬਦਲੀ ਕਰਦਿਆਂ ਉਸ ਨੂੰ ਵਲਟੋਹਾ ਵਿਖੇ ਤਬਦੀਲ ਕਰ ਦਿੱਤਾ ਅਤੇ ਹੁਣ ਸਬ ਤਹਿਸੀਲ ਦੇ ਦਫ਼ਤਰਾਂ ਦੀ ਬਦਲੀ ਕਰਕੇ ਡਿੱਬੀਪੁਰਾ ਵਿਖੇ ਰੈਫਰ ਕੀਤਾ ਜਾ ਰਿਹਾ ਹੈ। ਜਿਸਦੇ ਰੋਸ ਵਜੋਂ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਚੱਕਾ ਜਾਮ ਕਰਕੇ ਕਾਂਗਰਸ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਭੜਾਸ ਵੀ ਕੱਢੀ। ਜਿਹੜੀ ਭਿੱਖੀ ਵਿੰਡ ਦੇ ਨਾਂ 'ਤੇ ਅਸੀਂ ਨੋਟੀਫਿਕੇਸ਼ਨ ਕੀਤਾ ਸੀ ਉਹ ਬਦਲ ਕੇ ਉਹਨਾਂ ਨੇ ਡਿੱਬੀਪੁਰੇ ਲੈ ਗਏ ਆ। ਉਹਦੇ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਸਮੂਹ ਇਲਾਕੇ ਵੱਲੋਂ ਇਹ ਰੋਸ ਕੀਤਾ ਗਿਆ ਆ ਕਿ ਸੁਖਪਾਲ ਭੁੱਲਰ ਨੇ ਸਾਰਾ ਕੁਝ ਆਪਣੇ ਹਿੱਤ ਵਾਸਤੇ ਕੀਤਾ ਗਿਆ ਆ ਕਿ ਉੱਥੇ ਜਗ੍ਹਾ ਲੈ ਗਏ ਅਤੇ ਮੇਰੇ ਪੈਸੇ ਜ਼ਿਆਦਾ ਵਰਤੇ ਜਾਣ ਅਤੇ ਮੇਰੇ ਕਿੱਲੇ ਜਿਹੜੇ 1 ਕਰੋੜ ਰੁਪਏ ਦਾ ਕਿੱਲਾ ਹੋ ਜਾਵੇ ਜਿਹੜਾ 10,000 ਦਾ ਲਿਆ ਆ। ਇਸ ਕਰਕੇ ਉਹਨੇ ਪਬਲਿਕ ਨੂੰ ਨਹੀਂ ਵੇਖਿਆ, ਕਿਸੇ ਅੱਡੇ ਨੂੰ ਨਹੀਂ ਵੇਖਿਆ, ਸਿਰਫ ਉਹਨੇ ਆਪਣੇ ਆਪ ਨੂੰ ਵੇਖਿਆ ਕਿ ਮੈਨੂੰ ਪਾਵਰ ਲੋਕਾਂ ਦਿੱਤੀ ਹੈ MLA ਨਾਲ ਕਿਹੜਾ ਅਤੇ ਉਹਦਾ ਨਜਾਇਜ਼ ਦੁਰਵਰਤੋਂ ਕਰ